ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਬਿਲਗਾ ਨੇੜਲੇ ਪਿੰਡ ਨਵਾਂ ਖਹਿਰਾ ਬੇਟ ਦੇ ਆਸ ਪਾਸ ਖੇਤਰਾਂ ਵਿੱਚ ਦਰਿਆਈ ਪਾਣੀ ਦਾਖਲ ਹੋ ਗਿਆ ਹੈ। ਇਸ ਪੂਰੇ ਮਾਮਲੇ ਸੰਬੰਧੀ ਪਿੰਡ ਨਵਾਂ ਖਹਿਰਾ ਬੇਟ ਦੇ ਸਰਪੰਚ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਨਵਾਂ ਖਹਿਰਾ ਬੇਟ ਦੇ ਜਿਹੜੇ ਮੌਜੂਦਾ ਸਰਪੰਚ ਆ ਉਹਨਾਂ ਨਾਲ ਰੂਹ ਰੂਹ ਕਰਾਊਂਗਾ। ਆਪਣੇ ਕੀ ਨਾਂ ਜੀ ਤੁਹਾਡਾ ਸਰਪੰਚ ਸਾਹਿਬ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਜੀ, ਤੁਸੀਂ ਜੋ ਰਾਤ ਤੋਂ ਜੱਦੋ ਜਹਿਦ ਜਿਹੜੀ ਆ ਬੰਨ ਦੇ ਬੰਨ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਕੀਤੀ ਆ, ਉਹਦੇ ਬਾਰੇ ਆਪਣੇ ਵਿਚਾਰ ਦਿਓ। ਆਪਣੇ ਇੱਦਾਂ ਆ ਜੀ, ਸੁਰੱਖਿਅਤ ਰੱਖਣ ਲਈ ਟਰੈਕਟਰ ਚੱਲਦੇ ਰਹੇ ਆ, ਰਾਤ ਜੋ ਵੀ ਸੀਗੇ ਪਿੰਡ ਦੇ ਲੋਕ ਆਲੇ ਦੁਆਲੇ ਵਾਲੇ ਲੱਗੇ ਰਹੇ ਆ, 3-4 ਵਜੇ ਤੱਕ ਜਾਣੀ ਲੱਗੇ ਰਹੇ ਆ। ਕਿੰਨੇ ਟਰੈਕਟਰ ਸੀ? ਟਰੈਕਟਰ ਲੱਗੇ ਰਹੇ ਤਕਰੀਬਨ 5-6 ਟਰੈਕਟਰ। ਤੁਹਾਨੂੰ ਮੰਨ ਲਓ ਇਸ ਕੰਮ ਵਿੱਚ ਫਿਰ ਕੋਈ ਜਿਹੜਾ ਇੰਨੀ ਮਿਹਨਤ ਕੀਤੀ ਕੋਈ ਉਹਦਾ ਫਾਇਦਾ ਮਿਲਿਆ ਕੋਈ? ਨਹੀਂ ਨਹੀਂ ਸਰ, ਉਹਦਾ ਕੋਈ ਨਹੀਂ। ਉਸ ਤੋਂ ਬਾਅਦ 4 ਵਜੇ ਦੇ ਕਰੀਬ ਜਾਣੀ ਬੰਨ ਟੁੱਟ ਚੁੱਕਿਆ। ਇਸ ਮੰਨ ਲਓ ਜਿਹੜੀ ਮੁਸ਼ਕਤ ਆ ਇਹਦੇ ਵਿੱਚ ਤੁਹਾਡੇ ਨੂੰ ਸਰਕਾਰ ਦੁਆਰਾ ਕੋਈ ਅਧਿਕਾਰੀ ਜਾਂ ਕੋਈ ਸਰਕਾਰ ਵੱਲੋਂ ਮਦਦ ਹੋਈ ਕੋਈ? ਹਾਂਜੀ ਸਰ, ਰਾਤ ਨੂੰ ਤਾਂ ਚਲੋ ਨਹੀਂ ਫੋਨ ਕੀਤਾ ਸੀਗਾ ਕਿਉਂਕਿ ਕੁਛ ਲੋਕ ਸੀਗੇ ਸਾਡੇ ਪਿੰਡ ਦੇ 100 ਦੇ ਕਰੀਬ ਵਿੱਚ ਘਿਰੇ ਗਏ ਸੀ ਪਾਣੀ 'ਚ, ਅਤੇ ਉਹ ਫਿਰ ਸਵੇਰੇ 9-10 ਦੇ ਕਰੀਬ ਸਾਨੂੰ ਐਂਡਾ ਰੱਖਦੀ ਟੀਮ ਆ ਗਈ ਸੀ। ਉਹਨਾਂ ਨੇ ਤੁਹਾਡੀ ਮਦਦ ਕੀਤੀ ਇੱਥੋਂ ਬਾਹਰ ਜਾਣ 'ਚ? ਹਾਂਜੀ, ਉਹਨਾਂ ਨੇ ਸਾਡੀ। ਤੁਹਾਡੇ ਜਿਹੜੇ ਪਰਿਵਾਰ ਆ ਇਸ ਵੇਲੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਚੁੱਕੇ ਆ? ਹਾਂਜੀ, ਹੁਣ ਇਸ ਟਾਈਮ ਪਹੁੰਚ ਚੁੱਕੇ ਜੀ। ਤੁਸੀਂ ਜਿਹੜੇ ਹਜੇ ਵੀ ਜਿਹੜੇ ਪਿੰਡ ਦੇ ਵਿੱਚ ਮੈਂ ਦੇਖਿਆ ਵੀ ਕਾਫੀ ਜਿਹੜੇ ਖਾਸ ਕਰਕੇ ਜਿਹੜੇ ਬੰਦੇ ਆ ਉਹ ਬੈਠੇ ਆ, ਤੁਸੀਂ ਮੰਨ ਲਓ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰਦੇ ਆ ਜਾਂ ਕਿਤੇ ਸੁਰੱਖਿਅਤ ਜਗ੍ਹਾ ਜਾਣ ਲਈ ਮਨ ਤੁਹਾਡਾ ਬਣਿਆ ਇਸ ਗੱਲ ਲਈ ਵੀ ਜਾਂ ਜਾਣਾ ਚਾਹੁੰਦੇ ਹੋ? ਸੁਰੱਖਿਅਤ ਤਾਂ ਦੇਖੋ ਜੀ, ਹੁਣ ਪਾਣੀ ਦਾ ਵਹਾਅ ਹਜੇ ਵੀ ਬਹੁਤ ਤੇਜ਼ ਆ ਜੀ, ਇਹਦਾ ਕੋਈ ਹਜੇ ਪਤਾ ਨਹੀਂ ਨੁਕਸਾਨ ਹੀ ਨੁਕਸਾਨ ਹੈ ਹੁਣ ਤਾਂ, ਹਜੇ ਕਹਿ ਰਿਹਾ ਵੀ ਪਾਣੀ ਹੋਰ ਵੀ ਆ ਰਿਹਾ ਉੱਪਰ। ਮੈਂ ਇਹ ਤੁਹਾਨੂੰ ਦੁਬਾਰਾ ਪੁੱਛਣਾ ਚਾਹੁੰਦਾ ਵੀ ਤੁਸੀਂ ਇੱਥੋਂ ਹਜੇ ਵੀ ਤੁਸੀਂ ਜਿੱਦਾਂ ਇਹ ਪਿੰਡ ਵਾਲੇ ਸਾਰੇ ਬੈਠੇ ਆ, ਇਹ ਤੁਸੀਂ ਖਤਰਾ ਨਹੀਂ ਮਹਿਸੂਸ ਕਰਦੇ ਕਿਤੇ ਸੁਰੱਖਿਅਤ ਜਗ੍ਹਾ ਜਾਣ ਨੂੰ ਤੁਹਾਡਾ ਮਨ ਹਜੇ ਬਣਿਆ ਨਹੀਂ ਵੀ ਇੱਥੋਂ ਛੱਡ ਕੇ ਜਾਣ ਨੂੰ? ਛੱਡ ਕੇ ਦੇਖੋ ਜੀ, ਚਲੇ ਗਏ ਆ, ਲੇਡੀਜ਼ ਭੇਜਤੀਆਂ ਸੀ ਜੋ ਬੱਚੇ ਸੀਗੇ। ਤੁਸੀਂ ਵੀ ਇੱਥੋਂ ਜਾਣਾ ਚਾਹੁੰਦੇ ਆ ਜਾਂ ਹਜੇ ਇੱਥੇ ਰਹੋਗੇ? ਨਹੀਂ, ਅਸੀਂ ਹੁਣ ਸਾਡਾ ਇੱਕ ਮੈਂਬਰ ਰੱਖਿਆ ਕਰਦਾ, ਯਾਨੀ ਜੋ ਪਸ਼ੂ ਸਮਾਨ ਜਦੋਂ ਜ਼ਿਆਦਾ ਦਿੱਕਤ ਹੋਊਗੀ ਅਸੀਂ ਚਲੇ ਜਾਵਾਂਗੇ, ਸੁਰੱਖਿਅਤ ਜਗ੍ਹਾ ਚੱਲਾਂਗੇ। ਉਸ ਵੇਲੇ ਫਿਰ ਕਿਹੜਾ ਪਿੰਡ ਨੇੜੇ ਜਿੱਥੇ ਜਾਣਾ ਚਾਹੁੰਦੇ ਹੋ? ਮੌਸਮ ਹੈ ਜੀ, ਉੱਚੀ ਜਗ੍ਹਾ ਆ।